ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਐਪੀਸੋਡ ਵਿੱਚ ਅੱਜ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਜਾਣਾਂਗੇ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਦੀ ਸਲਾਹ 'ਤੇ ਅਨੰਦਪੁਰ ਸਾਹਿਬ ਨੂੰ ਖਾਲੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਉਹਨਾਂ ਨੂੰ ਵਿਰੋਧੀਆਂ ਦੁਆਰਾ ਕੀਤੇ ਵਾਅਦਿਆਂ 'ਤੇ ਕੋਈ ਭਰੋਸਾ ਨਹੀਂ ਸੀ ਅਤੇ ਉਹਨਾਂ ਨੂੰ ਆਪਣੇ ਵਿਚਾਰ ਦੱਸੇ। ਦਸੰਬਰ 1704 ਈਸਵੀ ਵਿੱਚ ਗੁਰੂ ਜੀ ਨੇ ਸਿੱਖਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਅਨੰਦਪੁਰ ਸਾਹਿਬ ਨੂੰ ਖਾਲੀ ਕਰ ਦਿੱਤਾ। ਉਹ ਮੁਸ਼ਕਲ ਨਾਲ ਸਿਰਸਾ ਨਦੀ ਦੇ ਕੰਢੇ ਪਹੁੰਚੇ ਸਨ ਜਦੋਂ ਦੁਸ਼ਮਣ ਫੌਜਾਂ ਨੇ ਉਹਨਾਂ ਦੁਆਰਾ ਪਹਿਲਾਂ ਕੀਤੇ ਵਾਅਦਿਆਂ ਦੀ ਪਰਵਾਹ ਕੀਤੇ ਬਿਨਾਂ ਉਹਨਾਂ 'ਤੇ ਪਿੱਛੇ ਤੋਂ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕੰਢੇ 'ਤੇ ਹੋਈ ਲੜਾਈ ਦੇ ਦੌਰਾਨ, ਜੋ ਕਿ ਤੇਜ਼ ਮੀਂਹ ਕਾਰਨ ਤੇਜ਼ ਹੋ ਗਈ ਸੀ, ਸਿਰਫ ਗੁਰੂ ਜੀ, 40 ਸਿੱਖ ਅਤੇ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਸੁਰੱਖਿਅਤ ਦਰਿਆ ਪਾਰ ਕਰਨ ਦੇ ਯੋਗ ਸਨ। ਦੂਸਰੇ ਜਾਂ ਤਾਂ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਜਾਂ ਹੜ੍ਹ ਦੇ ਪਾਣੀ ਵਿੱਚ ਡੁੱਬ ਗਏ। ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਆਪਣੇ ਦਾਦੀ ਮਾਤਾ ਗੁਜਰੀ ਜੀ ਦੇ ਨਾਲ ਸਨ। ਸਰਸਾ ਨਦੀ ਦੇ ਕਿਨਾਰੇ ਲੜਾਈ ਵਾਲੀ ਥਾਂ ਤੋਂ ਦੂਰ ਜਾਂਦੇ ਹੋਏ ਉਹ ਆਪਣੇ ਪੁਰਾਣੇ ਨੌਕਰ ਗੰਗੂ ਬ੍ਰਾਹਮਣ ਨੂੰ ਮਿਲੇ, ਜੋ ਲਗਭਗ 20 ਸਾਲਾਂ ਤੋਂ ਉਹਨਾਂ ਦੇ ਘਰ ਕੰਮ ਕਰਦਾ ਸੀ। ਉਹਨਾਂ ਦੇ ਕਹਿਣ 'ਤੇ ਮਾਤਾ ਗੁਜਰੀ ਆਪਣੇ ਦੋ ਪੋਤਿਆਂ ਸਮੇਤ ਗੰਗੂ ਨਾਲ ਉਹਨਾਂ ਦੇ ਪਿੰਡ ਜਾਣ ਅਤੇ ਕੁਝ ਸਮੇਂ ਲਈ ਉਹਨਾਂ ਦੇ ਘਰ ਰਹਿਣ ਲਈ ਤਿਆਰ ਹੋ ਗਏ। ਉਹਨਾਂ ਦਿਨਾਂ ਵਿੱਚ ਮਾਤਾ ਗੁਜਰੀ ਜੀ ਕੋਲ ਸੋਨੇ ਦੇ ਸਿੱਕੇ ਬਹੁਤ ਵਧੀਆ ਸਨ। ਜਦੋਂ ਉਹ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦੇ ਨਾਲ ਘਰ ਵਿੱਚ ਸੌਣ ਲਈ ਗਏ ਤਾਂ ਉਹਨਾਂ ਨੇ ਪੈਸੇ ਆਪਣੇ ਸਿਰਾਣੇ ਹੇਠਾਂ ਰੱਖੇ। ਗੰਗੂ ਦੇ ਪੈਸੇ ਦੇ ਲਾਲਚ ਨੇ ਉਸਨੂੰ ਬੇਵਫਾ ਕਰ ਦਿੱਤਾ। ਉਸਨੇ ਮਾਤਾ ਗੁਜਰੀ ਜੀ ਦੇ ਸਿਰਾਣੇ ਤੋਂ ਪੈਸਿਆਂ ਵਾਲਾ ਬੈਗ ਚੋਰੀ ਕਰ ਲਿਆ ਜਦੋਂ ਉਹ ਤੇਜ਼ ਨੀਂਦ ਵਿੱਚ ਸਨ। ਜਦੋਂ ਉਹ ਸਵੇਰੇ ਉੱਠੇ ਤਾਂ ਉਹਨਾਂ ਨੂੰ ਸਿਰਾਣੇ ਹੇਠਾਂ ਪੈਸਿਆਂ ਵਾਲਾ ਬੈਗ ਨਹੀਂ ਮਿਲਿਆ। ਉਹਨਾਂ ਨੇ ਗੰਗੂ ਤੋਂ ਨਿਮਰਤਾ ਨਾਲ ਸੋਨੇ ਦੇ ਸਿੱਕਿਆਂ ਬਾਰੇ ਪੁੱਛਗਿੱਛ ਕੀਤੀ। ਮਾਤਾ ਜੀ ਦੇ ਇਸ ਸਵਾਲ 'ਤੇ ਚੋਰ ਗੰਗੂ ਨਾਰਾਜ਼ ਹੋ ਗਿਆ ਅਤੇ ਉਹਨਾਂ ਨੂੰ ਧਮਕੀਆਂ ਦੇਣ ਲੱਗਾ ਕਿ ਉਹ ਇਸ ਦੋਸ਼ ਲਈ ਉਹਨਾਂ ਨੂੰ ਉਹਨਾਂ ਦੇ ਪੋਤਿਆਂ ਸਮੇਤ ਗ੍ਰਿਫਤਾਰ ਕਰ ਲਵੇਗਾ। ਮਾਤਾ ਜੀ ਨੇ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਗੰਗੂ ਦੀ ਨਜ਼ਰ ਇਸ ਇਨਾਮ 'ਤੇ ਸੀ ਕਿ ਜੇ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਅਤੇ ਦੋ ਪੁੱਤਰਾਂ ਨੂੰ ਪੁਲਿਸ ਅਧਿਕਾਰੀਆਂ ਦੇ ਹਵਾਲੇ ਕਰ ਦੇਵੇ ਤਾਂ ਉਹ ਮੁਗਲ ਸ਼ਾਸਕਾਂ ਤੋਂ ਪ੍ਰਾਪਤ ਕਰੇਗਾ। ਗੰਗੂ ਵੱਲੋਂ ਦਿੱਤੀ ਗਈ ਇਸ ਅਹਿਮ ਜਾਣਕਾਰੀ ਤੋਂ ਪੁਲਿਸ ਅਧਿਕਾਰੀ ਬਹੁਤ ਖੁਸ਼ ਹੋਇਆ। ਉਸ ਨੂੰ ਆਪਣੇ ਪਿੰਡ ਲੈ ਗਿਆ ਅਤੇ ਮਾਤਾ ਗੁਜਰੀ ਜੀ ਨੂੰ ਉਹਨਾਂ ਦੇ ਦੋ ਪੋਤਿਆਂ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੇ ਹਵਾਲੇ ਕਰ ਦਿੱਤਾ। ਨਵਾਬ ਵਜ਼ੀਰ ਖਾਨ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜਾਂ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੇ ਬਿਨਾਂ ਅਨੰਦਪੁਰ ਸਾਹਿਬ ਤੋਂ ਖਾਲੀ ਹੱਥ ਵਾਪਸ ਪਰਤਣਾ ਪਿਆ, ਗੁਰੂ ਜੀ ਦੀ ਮਾਤਾ ਅਤੇ ਦੋ ਪੁੱਤਰਾਂ ਨੂੰ ਆਪਣੀ ਜੇਲ੍ਹ ਵਿੱਚ ਦੇਖ ਕੇ ਬਹੁਤ ਖੁਸ਼ ਸੀ। ਮਾਤਾ ਜੀ ਨੂੰ ਆਪਣੇ ਦੋ ਪੋਤਿਆਂ ਸਮੇਤ ਸਰਹੰਦ ਦੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਨਵਾਬ ਨੇ ਉਹਨਾਂ ਨੂੰ ਅਗਲੀ ਸਵੇਰ ਆਪਣੀ ਕਚਹਿਰੀ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ। ਇਸ ਠੰਡੇ ਦਸੰਬਰ ਦੀ ਰਾਤ ਨੂੰ ਇਸ ਠੰਡੇ ਬੁਰਜ ਦੇ ਫਰਸ਼ 'ਤੇ ਬੈਠ ਕੇ ਮਾਤਾ ਗੁਜਰੀ ਜੀ ਨੇ ਆਪਣੇ ਪੋਤਿਆਂ ਨੂੰ ਗੋਦੀ ਵਿੱਚ ਬਿਠਾ ਕੇ ਆਪਣੇ ਸਰੀਰ ਨੂੰ ਆਰਾਮ ਅਤੇ ਨਿੱਘ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੁੰਦਰ ਬੱਚਿਆਂ ਦੇ ਮੱਥੇ ਨੂੰ ਚੁੰਮ ਕੇ ਸੌਂ ਗਏ। ਉਹਨਾਂ ਨੇ ਅਗਲੀ ਸਵੇਰ ਉਹਨਾਂ ਨੂੰ ਜਲਦੀ ਜਗਾਇਆ ਅਤੇ ਉਹਨਾਂ ਨੂੰ ਆਉਣ ਵਾਲੇ ਇਮਤਿਹਾਨ ਲਈ ਤਿਆਰ ਕੀਤਾ, ਜਿਸ ਵਿੱਚ ਉਹਨਾਂ ਨੂੰ ਸਰਹੰਦ ਦੇ ਜ਼ਾਲਮ ਸ਼ਾਸਕ ਵਜ਼ੀਰ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਜਾਣਾ ਸੀ। ਇਸ ਤਰ੍ਹਾਂ ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਕਿਹਾ, ਹੇ ਮਹਾਨ ਗੁਰੂ ਗੋਬਿੰਦ ਸਿੰਘ ਦੇ ਪੁੱਤਰੋ, ਜੇਕਰ ਤੁਸੀਂ ਆਪਣੇ ਧਰਮ ਨੂੰ ਅਲਵਿਦਾ ਕਹਿਣ ਅਤੇ ਇਸਲਾਮ ਨੂੰ ਆਪਣੇ ਨਵੇਂ ਧਰਮ ਵਜੋਂ ਅਪਣਾਉਣ ਲਈ ਸਹਿਮਤ ਹੋ ਤਾਂ ਤੁਹਾਨੂੰ ਆਲੀਸ਼ਾਨ ਜੀਵਨ ਦੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਜੇਕਰ ਤੁਸੀਂ ਅਜਿਹੀ ਆਕਰਸ਼ਕ ਪੇਸ਼ਕਸ਼ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹੋ ਤਾਂ ਤੁਹਾਨੂੰ ਦਰਦਨਾਕ ਮੌਤ ਦੀ ਧਮਕੀ ਦੇਣਗੇ। ਮੈਨੂੰ ਪੂਰਾ ਭਰੋਸਾ ਹੈ ਕਿ ਭਾਵੇਂ ਤੁਸੀਂ ਛੋਟੇ ਬੱਚੇ ਹੋ, ਤੁਸੀਂ ਨਾ ਤਾਂ ਆਕਰਸ਼ਕ ਪੇਸ਼ਕਸ਼ਾਂ ਦੁਆਰਾ ਧੋਖਾ ਖਾਓਗੇ ਅਤੇ ਨਾ ਹੀ ਉਹਨਾਂ ਦੀਆਂ ਧਮਕੀਆਂ ਦੁਆਰਾ ਭਰਮਾਇਆ ਜਾਵੋਗੇ। ਆਪਣੇ ਗੁਰੂ ਪਿਤਾ ਵਾਂਗ ਬਹਾਦਰ ਬਣੋ, ਜਿਸਨੇ ਜ਼ਾਲਮ ਹਾਕਮਾਂ ਦੇ ਰਾਜ ਨੂੰ ਉਖਾੜ ਸੁੱਟਣ ਲਈ ਲੋਕਾਂ ਨੂੰ ਤਿਆਰ ਕਰਨ ਲਈ ਆਪਣੀ ਜਾਨ ਸਮੇਤ ਸਭ ਕੁਝ ਦਾਅ 'ਤੇ ਲਗਾ ਦਿੱਤਾ ਹੈ। ਹਰ ਕੀਮਤ 'ਤੇ ਆਪਣੇ ਪਿਤਾ ਦੀ ਇੱਜ਼ਤ ਬਣਾਈ ਰੱਖੋ। ਜਦੋਂ ਦਾਦੀ ਅਜੇ ਆਪਣੇ ਪੋਤਰਿਆਂ ਨੂੰ ਸਲਾਹ ਦੇ ਰਹੀ ਸੀ, ਵਜ਼ੀਰ ਖਾਨ ਦੇ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਬੱਚਿਆਂ ਨੂੰ ਦਰਬਾਰ ਵਿੱਚ ਲੈ ਜਾਣ ਲਈ ਪਹੁੰਚ ਗਏ। ਮਾਤਾ ਗੁਜਰੀ ਨੇ ਆਪਣੇ ਪੋਤਰਿਆਂ ਦੀ ਕਾਮਨਾ ਕੀਤੀ ਅਤੇ ਉਹਨਾਂ ਨੂੰ ਸਿਪਾਹੀਆਂ ਦੇ ਨਾਲ ਉਹਨਾਂ ਦੇ ਸਿਧਾਂਤਾਂ ਅਤੇ ਅਦਾਲਤ ਵਿੱਚ ਦ੍ਰਿੜਤਾ ਨੂੰ ਕਾਇਮ ਰੱਖਣ ਲਈ ਉਹਨਾਂ ਦੀ ਸਫਲਤਾ ਲਈ ਪ੍ਰਾਰਥਨਾ ਕਰਨ ਲਈ ਭੇਜਿਆ। ਨਵਾਬ ਵਜ਼ੀਰ ਖਾਨ ਦੇ ਕਈ ਅਧਿਕਾਰੀ ਅਤੇ ਸਲਾਹਕਾਰ ਉਸਦੇ ਨਾਲ ਪ੍ਰਮੁੱਖ ਜਨਤਕ ਸ਼ਖਸੀਅਤਾਂ ਤੋਂ ਇਲਾਵਾ ਦਰਬਾਰ ਵਿੱਚ ਬੈਠੇ ਸਨ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਨੇ ਦਰਬਾਰ ਵਿੱਚ ਦਾਖਲ ਹੋਣ 'ਤੇ ਵਜ਼ੀਰ ਖਾਨ ਅਤੇ ਉਸਦੇ ਦਰਬਾਰੀਆਂ ਦੀ ਹੈਰਾਨੀ ਵਿੱਚ ਉੱਚੀ ਆਵਾਜ਼ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਿਹਾ। ਇੱਕ ਉੱਘੇ ਦਰਬਾਰੀ ਸੁੱਚਾ ਨੰਦ ਨੇ ਗੁਰੂ ਗੋਬਿੰਦ ਸਿੰਘ ਦੇ ਬਹਾਦਰ ਪੁੱਤਰਾਂ ਨੂੰ ਸ਼ਾਸਕ ਵਜ਼ੀਰ ਖਾਨ ਅੱਗੇ ਝੁਕਣ ਅਤੇ ਮੁਸਲਮਾਨਾਂ ਵਾਂਗ ਸਲਾਮ ਕਰਨ ਲਈ ਕਿਹਾ। ਬੱਚਿਆਂ ਨੇ ਉਸਨੂੰ ਦੱਸਿਆ ਕਿ ਬਾਕੀ ਸਿੱਖਾਂ ਵਾਂਗ ਉਹ ਵੀ ਆਪਣੇ ਗੁਰੂ ਤੋਂ ਬਿਨਾਂ ਕਿਸੇ ਅੱਗੇ ਨਹੀਂ ਝੁਕਦੇ।
नवाब वजीर खान ने हुण अहुदा संभाल लिया अते कहा, हे छोटे बच्चे, तुहाडे पिता जी तुहाडे दो भरावां समेत जंग दे मैदान विच मारे गए हन। खुशकिस्मती नाल तुसी मेरे दरबार विच जिउंदे ही पहुँच गए हो। जल्दी बनो अते इस्लाम विच तब्दील होण लई सहमत होवो। मुस्लिम बच्चे होण दे नाते तुहानूं राजकुमारां वांग जीवन दीआं सब तों वड्डीआं वधिया सहूलतां प्रदान कीतीआं जाणगीआं। तुसी महलां विच रह रहे होवोगे, रेशमी कपड़े पाओगे, तरह तरह के भोजन खाओगे ते होर मुसलमान राजिआं नाल खेडोगे अते दिन रात बहुत सारे नौकर तुहाडे इशारे ते होणगे। एक सिख दे रूप विच जे तुसी मुसलमान बनन दी मेरी सलाह नूं नहीं मन्निआ तां तुहानूं बहुत बेरहमी नाल मौत दे घाट उतार दित्ता जाएगा। तुहाडे टुकड़े टुकड़े कर दिते जाणगे तां जो भविख विच कोई सिख बनन दी हिम्मत ना करे। दसवें गुरू दे बहादुर अते होशियार बच्चे इस गर्मदर्शी मुसलमान शासक की मूर्खता ते मुस्कुराते हुए शुरू विच वजीर खान दीआं धमकियां तों नाराज़ हो गए अते अपने पिता गुरु गोबिंद दे सत्कार नूं बरकरार रखण लई पहलां नालों ज़्यादा दृढ़ हो गए। वजीर खान दे लैक्चर दे जवाब विच बहादुर बच्चियां ने कहा, सिख धर्म सानूं अपनी जान तों वी प्यारा है। इस भरम भरे संसार विच कोई भी चीज़ सानूं अपने धर्म नूं छड्डण लई प्रेरित नहीं कर सकती। असीं शेर गोबिंद गुरु गोबिंद सिंह दे बच्चे हाँ जो आज़ादी प्राप्त करन लई जालम अते जालम शासकां दे विरुद्ध उठन लई सारे धर्मां दे लोकां विच हिम्मत भरन लई दृढ़ हाँ। साडे दादा जी श्री गुरु तेग बहादुर जी ने जालम औरंगजेब द्वारा दब्बे कुचले हिंदू भाईचारे दे खात्मे लई धार्मिक आज़ादी दे अधिकार दी रक्षा लई अपनी जान कुर्बान कर दित्ती। साडे परदादा श्री गुरु अर्जन देव जी ने बादशाह जहांगीर दे हुक्मां हेठ कष्टदायक मौत दा सामना करदे होए अपने चेलियां विच मुसलमान बनन दी बजाए हिम्मत अते धीरज पैदा करन लई परमात्मा दी इच्छा नूं खुशी नाल पेश कीता। असीं अपने धर्म दे पूर्वज शहीदां नूं कदे वी बदनाम नहीं करांगे भावें सानूं मौत दा सामना करना पवे। वजीर खान दे दरबार विच हाजर लोग 6 साल दे बाबा फतेह सिंह अते 8 साल दे बाबा जोरावर सिंह द्वारा वजीर खान नूं पेश कीते गए बहादुरी भरे प्रतिक्रम तों बहुत प्रभावित होए। घबराए हुए वजीर खान नूं कुछ राहत अते हौसला देण लई सुच्चा नंद दे दरबारी ने टिप्पणी कीती, जे इह बालग उम्र दे बच्चे अपनी जिंदगी लई सारे भरम अते खतरे तों दूर रहण दी हिम्मत रखदे हन तां मुगल शासकां लई गंभीर खतरा पैदा कर सकदे हन। जदों उह मर्दानगी तक वधदे हन अपने पिता वांग उह होर सिखां नूं राज दे विरुद्ध बगावत करन लई उत्साहित करनगे। हुण उहनां नाल दृढ़ता नाल पेश आउणा उचित होवेगा अते उहनां ते कोई रहम नहीं कीता जाणा चाहीदा क्योंकि उह छोटे बच्चे हन। नवाब वजीर खान भावें सुचानंद द्वारा दिते नैतिक समर्थन अते सुझावां तों प्रभावित हो के महान गुरु गोबिंद सिंह दे बहादुर जवान पुत्रां नूं मौत दी सज़ा देण दी बजाए इस्लाम नूं ढक्कण वाले वधेरे झुका रखदा सी। उह इतिहासकारां नूं इह लिखण दा मौका प्रदान करना चाहुंदा सी कि गुरु गोबिंद सिंह दे दो छोटे साहिबजादियां ने सिख धर्म नालों इस्लाम नूं तरजीह दित्ती। इस लई उसने अपने गुस्से ते काबू पाया ते साहिबजादियां नूं वापस जाण अते अपनी दादी नाल सलाह करन दी इजाजत दित्ती जो उन्होंने अपनी जान बचाने लई इस्लाम कबूल करन दी सलाह दे सकती है। ये कहिंदे वजीर खान काली नाल अदालत नूं दिन लई मुलतवी करके उतों चला गया ते इस तरह साहिबजादियां नूं अपने ताज़ा सुझाव दे लाहेवंद जवाब देण दा मौका देण तों इनकार कर दिता। माता गुजरी जी अपने पोतरियां नूं उच्ची उच्ची हौसला भरदे देख के बहुत प्रसन्न होए। उन्होंने उन्होंने जल्दी ही सिपाहियों तों अपनी बुक्कल विच लै लिया ते उन्हां दे चमकदार अते मुस्कुराते चेहरियां नूं बहुत चुम्मिया ते उन्होंने दिन लई लड़ाई जितने दे संकेत दिते। इस तो बाद साहिबजादियां ने उन्होंने दस्या कि वजीर खान के दरबार विच की होया सी। उन्होंने सुच्चा नंद दरबारी द्वारा सरहंद के हाकम नूं दित्ती गई दुष्ट सलाह का विशेष जिक्र किया। माता गुजरी ने अपने पोतरियां नूं वजीर खान अते उसके दरबारी सुच्चा नंद के विरोधी रवैये के सामने अदालत विच दर्शाए गए हौसले अते स्थिरता लई वधाई दित्ती। उन्होंने अगले दिन अदालत विच जाण ते उन्हां नूं होर ज़्यादा भरमाउण अते तशद्दद दीआं धमकियां दी चेतावनी भी दित्ती। उन्हां नूं भाई मतीदास, भाई सतीदास अते भाई दयाला जी नूं याद करन दी सलाह दित्ती जो अपने विश्वास विच नहीं डोले अते तसीहे दे के मौत दा सामना कीता। इस तरह माता गुजरी अपने पोतरियां नूं हौसला दिंदे होए बहादुर जवान बच्चियां नूं अपने शरीर नाल दबा के सौं गए। अगले दिन गुरु गोबिंद सिंह जी दे छोटे साहिबजादियां नूं होर भरमाउण अते धमकियां दित्तियां गईआं पर इन्हां विचों कोई भी उन्हां नूं उन्हां दी दादी दी सलाह नूं मन्नण दे दृढ़ इरादे तों नहीं रोक सकिया। जदों तीजे दिन साहिबजादा जोरावर सिंह अते फतेह सिंह वजीर खान दे सिपाहियां द्वारा अदालत लई रवाना होए तां उह कल्पना कर सकदे सी कि उन्हां दे पोते शाम नूं वापस नहीं आउणगे अते हाकम बच्चियां नूं दित्तियां धमकियां नूं पूरा करनगे। पहलां हालांकि उन्हां नूं भरोसा सी कि उन्हां दे बहादुर पोते उन्हां दे विश्वास लई खुशी नाल मरणगे
ਉਹਨਾਂ ਨੂੰ ਆਪਣੀ ਬੁੱਕਲ ਵਿੱਚ ਲਿਆ, ਉਹਨਾਂ ਦੇ ਚਿਹਰਿਆਂ ਨੂੰ ਚੁੰਮਿਆ ਅਤੇ ਉਹਨਾਂ ਦੀ ਪਿੱਠ ਉੱਤੇ ਹੱਥ ਮਾਰਿਆ ਅਤੇ ਉਹਨਾਂ ਨੂੰ ਬਹੁਤ ਪਿਆਰ ਅਤੇ ਹੌਸਲਾ ਦਿੱਤਾ। ਉਹ ਉਹਨਾਂ ਨੂੰ ਉਦੋਂ ਤੱਕ ਦੇਖਦੇ ਰਹੇ ਜਦੋਂ ਤੱਕ ਉਹ ਨਜ਼ਰੀਏ ਤੋਂ ਅਲੋਪ ਨਹੀਂ ਹੋ ਗਏ। ਵਾਪਸ ਆਪਣੀ ਜੇਲ੍ਹ ਦੀ ਕੋਠੜੀ ਠੰਡੇ ਬੁਰਜ ਵਿੱਚ ਉਹ ਧਿਆਨ ਵਿੱਚ ਗਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਤਾਕਤ ਅਤੇ ਅਟਲ ਦ੍ਰਿੜਤਾ ਪ੍ਰਦਾਨ ਕਰਨ ਲਈ ਗੁਰੂ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਵਿੱਚ ਸਫਲਤਾ ਦੀ ਕਾਮਨਾ ਕੀਤੀ। ਅਦਾਲਤ ਉਸ ਦਿਨ, ਜੋ ਕਿ ਸੰਭਵ ਤੌਰ 'ਤੇ ਅਦਾਲਤ ਵਿੱਚ ਉਹਨਾਂ ਦਾ ਅੰਤਮ ਅਤੇ ਆਖਰੀ ਦਿਨ ਹੋ ਸਕਦਾ ਸੀ। ਦਰਬਾਰ ਵਿੱਚ ਮਹਾਨ ਗੁਰੂ ਦੇ ਬਹਾਦਰ ਪੁੱਤਰਾਂ ਦੇ ਦ੍ਰਿੜ ਸੰਕਲਪ ਵਿੱਚ ਕੋਈ ਕਮੀ ਨਾ ਵੇਖ ਕੇ ਨਵਾਬ ਨੇ ਉਹਨਾਂ ਨੂੰ ਪੁੱਛਿਆ ਕਿ ਜੇ ਉਹ ਉਹਨਾਂ ਨੂੰ ਰਿਹਾਅ ਕਰ ਦੇਵੇ ਤਾਂ ਉਹ ਕੀ ਕਰਨਗੇ। ਸਾਹਿਬਜ਼ਾਦਿਆਂ ਨੇ ਜਵਾਬ ਵਿੱਚ ਕਿਹਾ, ਅਸੀਂ ਸਿੱਖਾਂ ਨੂੰ ਜਥੇਬੰਦ ਕਰਾਂਗੇ ਅਤੇ ਜ਼ਾਲਮ ਸ਼ਾਸਕਾਂ ਦੇ ਵਿਰੁੱਧ ਜ਼ੁਲਮ ਨੂੰ ਆਜ਼ਾਦੀ ਦਿਵਾਉਣ ਲਈ ਲੜਾਂਗੇ। ਅਸੀਂ ਹਰ ਹਾਲਤ ਵਿੱਚ ਆਪਣੇ ਸਿੱਖ ਧਰਮ 'ਤੇ ਕਾਇਮ ਰਹਾਂਗੇ ਅਤੇ ਤੁਸੀਂ ਜਾਂ ਤੁਹਾਡੇ ਵਰਗੇ ਹੋਰ ਲੋਕ ਸਾਨੂੰ ਸਾਡੇ ਧਰਮ ਤੋਂ ਦੂਰ ਕਰਨ ਵਿੱਚ ਕਦੇ ਸਫਲ ਨਹੀਂ ਹੋਣਗੇ। ਨਵਾਬ ਵਜ਼ੀਰ ਖਾਨ ਦੋ ਸਾਹਿਬਜ਼ਾਦਿਆਂ ਨੂੰ ਇਸਲਾਮ ਵਿੱਚ ਬਦਲਣ ਦੇ ਆਪਣੇ ਮਿਸ਼ਨ ਵਿੱਚ ਅਸਫਲ ਰਿਹਾ। ਉਸਨੇ ਉਦਾਸ ਅਤੇ ਅਪਮਾਨਿਤ ਮਹਿਸੂਸ ਕੀਤਾ। ਉਸਨੇ ਆਪਣੇ ਦਰਬਾਰੀ ਕਾਜ਼ੀ ਨੂੰ ਬੱਚਿਆਂ ਲਈ ਢੁੱਕਵੀਂ ਸਜ਼ਾ ਦਾ ਸੁਝਾਅ ਦੇਣ ਲਈ ਕਿਹਾ। ਕਾਜ਼ੀ ਨੇ ਤੁਰੰਤ ਮੁਸਲਿਮ ਕਾਨੂੰਨ ਅਨੁਸਾਰ ਬੱਚਿਆਂ ਨੂੰ ਜਿੰਦਾ ਇੱਟਾਂ ਵਿੱਚ ਚਿਣਵਾਉਣ ਅਤੇ ਫਿਰ ਉਹਨਾਂ ਨੂੰ ਤਲਵਾਰ ਨਾਲ ਮਾਰਨ ਦਾ ਸੁਝਾਅ ਦਿੱਤਾ, ਜਿਵੇਂ ਕਿ ਉਸਨੇ ਸਮਝਿਆ ਸੀ। ਕਾਜ਼ੀ ਦੁਆਰਾ ਸੁਝਾਏ ਗਏ ਛੋਟੇ ਮਾਸੂਮ ਬੱਚਿਆਂ ਲਈ ਇਸ ਅਣਮਨੁੱਖੀ ਸਜ਼ਾ ਤੋਂ ਦੁਖੀ ਹੋ ਕੇ ਮਲੇਰਕੋਟਲਾ ਦੇ ਨਵਾਬ ਸ਼ੇਰ ਖਾਨ ਨੇ ਵਿਰੋਧ ਕੀਤਾ ਅਤੇ ਕਿਹਾ, ਇਸਲਾਮ ਬੱਚਿਆਂ ਨੂੰ ਉਹਨਾਂ ਦੇ ਪਿਤਾ ਦੇ ਦੋਸ਼ ਲਈ ਸਜ਼ਾ ਨਿਰਧਾਰਤ ਨਹੀਂ ਕਰਦਾ। ਉਹ ਬੇਕਸੂਰ ਹਨ ਅਤੇ ਉਹਨਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਕਾਜ਼ੀ ਨੇ ਆਪਣਾ ਗੁੱਸਾ ਗਵਾ ਲਿਆ ਅਤੇ ਸ਼ੇਰ ਖਾਨ ਨੂੰ ਕਿਹਾ ਕਿ ਉਸ ਨਾਲੋਂ ਮੁਸਲਿਮ ਕਾਨੂੰਨ ਦਾ ਬਹੁਤ ਜ਼ਿਆਦਾ ਜਾਣਕਾਰ ਸੀ। ਸੁੱਚਾ ਆਨੰਦ ਨੇ ਇਹ ਸੁਝਾਅ ਦੇ ਕੇ ਅੱਗ ਵਿੱਚ ਬਾਲਣ ਜੋੜਿਆ ਕਿ ਸੱਪ ਦੇ ਬੱਚਿਆਂ ਨੂੰ ਤੁਰੰਤ ਮਾਰ ਦੇਣਾ ਚਾਹੀਦਾ ਹੈ, ਅਜਿਹਾ ਨਾ ਹੋਵੇ ਕਿ ਉਹ ਪੂਰੀ ਤਰ੍ਹਾਂ ਵੱਡੇ ਹੋ ਜਾਣ ਅਤੇ ਮੁਸ਼ਕਲ ਪੈਦਾ ਕਰ ਦੇਣ। ਇਸ 'ਤੇ ਵਜ਼ੀਰ ਖਾਨ ਨੇ ਕਾਜ਼ੀ ਦੁਆਰਾ ਸੁਝਾਈ ਗਈ ਸਜ਼ਾ ਨੂੰ ਬਿਨਾਂ ਕਿਸੇ ਸੋਧ ਦੇ ਮਨਜ਼ੂਰ ਕਰ ਲਿਆ। ਮਲੇਰਕੋਟਲਾ ਦੇ ਨਵਾਬ ਨੇ ਇਸ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਹਾਂ ਦਾ ਨਾਰਾ ਮਾਰਿਆ ਅਤੇ ਅਦਾਲਤ ਵਿੱਚੋਂ ਚਲੇ ਗਏ। ਜਦੋਂ ਸਾਹਿਬਜ਼ਾਦਿਆਂ ਲਈ ਸੁਣਾਈ ਗਈ ਸਜ਼ਾ ਨੂੰ ਪੂਰਾ ਕਰਨ ਲਈ ਕੋਈ ਅੱਗੇ ਨਹੀਂ ਆਇਆ ਤਾਂ ਕਿਲਾਜਾ ਕਬੀਲੇ ਦੇ ਦੋ ਪਠਾਣਾਂ ਨੂੰ ਸਫਲਤਾਪੂਰਵਕ ਕੰਮ ਕਰਨ ਲਈ ਮਨਾ ਲਿਆ ਗਿਆ, ਜਿਨ੍ਹਾਂ ਦਾ ਨਾਮ ਸਾਸ਼ਲ ਬੇਗ ਅਤੇ ਬਾਸ਼ਲ ਬੇਗ ਸੀ। ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਇੱਕ ਦੂਜੇ ਦੇ ਨੇੜੇ ਖੜ੍ਹਾ ਕੀਤਾ ਅਤੇ ਉਹਨਾਂ ਦੇ ਆਲੇ ਦੁਆਲੇ ਇੱਕ ਕੰਧ ਖੜ੍ਹੀ ਸ਼ੁਰੂ ਕਰ ਦਿੱਤੀ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੇ ਗੁਰੂ ਜੀ ਦੀ ਬਾਣੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ। ਕਾਜ਼ੀ ਹੱਥਾਂ ਵਿੱਚ ਆਪਣੀ ਪਵਿੱਤਰ ਕਿਤਾਬ ਕੁਰਾਨ ਲੈ ਕੇ ਬੱਚਿਆਂ ਨੂੰ ਆਪਣੀ ਕੀਮਤੀ ਜਾਨਾਂ ਬਚਾਉਣ ਲਈ ਇਸਲਾਮ ਕਬੂਲ ਕਰਨ ਲਈ ਪ੍ਰੇਰਦਾ ਰਿਹਾ। ਬੱਚਿਆਂ ਨੇ ਆਪਣੇ ਮਨ ਨੂੰ ਪੂਰੀ ਤਰ੍ਹਾਂ ਪਰਮਾਤਮਾ ਦੇ ਨਾਮ 'ਤੇ ਕੇਂਦਰਿਤ ਕੀਤਾ। ਕਾਜ਼ੀ ਉਹਨਾਂ ਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਵੇਲੇ ਉਹਨਾਂ ਦਾ ਕੋਈ ਧਿਆਨ ਨਹੀਂ ਸੀ। ਇੱਕ ਦੂਜੇ ਦਾ ਹੱਥ ਫੜ ਕੇ ਉਹ ਦੋਵੇਂ ਨੌਨਿਹਾਲ ਸਤਿ ਸ਼੍ਰੀ ਅਕਾਲ ਗਜਾਉਂਦੇ ਹੋਏ ਨਾਲ ਖੜ੍ਹੇ ਰਹੇ। ਉਹਨਾਂ ਦੇ ਚਿਹਰਿਆਂ ਉੱਤੇ ਨਾ ਕੋਈ ਫਿਕਰ ਸੀ ਅਤੇ ਨਾ ਹੀ ਚਿੰਤਾ। ਗੱਲ ਕੀ ਮੌਤ ਦੇ ਸਿਰ 'ਤੇ ਖੜ੍ਹ ਕੇ ਵੀ ਮੌਤ ਦਾ ਕੋਈ ਖਿਆਲ ਨਹੀਂ ਸੀ। ਜਦ ਗਲ ਤੱਕ ਮਸੂਮਾਂ ਦੇ ਕੰਧ ਲਈ ਆਈ, ਅਜੇ ਦਿਨ ਵੀ ਨਹੀਂ ਛੁਪਿਆ ਸੀ ਕਿ ਕਾਤਲ ਆਪਣਾ ਕੰਮ ਮੁਕਾ ਕੇ ਤੁਰ ਗਏ। ਦੀਵਾਰ ਦੇ ਘੇਰੇ ਨਾਲ ਜਦੋਂ ਦਮ ਘੁੱਟ ਗਿਆ, ਅਰਥਾਤ ਸਾਹ ਬੰਦ ਹੋ ਗਿਆ, ਨਾੜੀਆਂ ਵਿੱਚੋਂ ਖੂਨ ਰੁਕਣ ਲੱਗ ਗਿਆ ਅਤੇ ਸਾਹ ਅੜਕ ਗਿਆ, ਤਾਂ ਦੋਵਾਂ ਨੇ ਫਰਮਾਇਆ ਕਿ ਸਾਡੇ ਉੱਤੇ ਨਜ਼ਾਇਜ਼ ਜ਼ੁਲਮ ਹੋਇਆ ਹੈ, ਪਰ ਅਸਲ ਵਿੱਚ ਪੰਥ ਉੱਤੇ ਪਰਮਾਤਮਾ ਦੀ ਮਿਹਰ ਹੋਈ ਹੈ। 100 ਸਾਲ ਹੋਰ ਜਿਉਂ ਕੇ ਵੀ ਤਾਂ ਮਰਨਾ ਜ਼ਰੂਰੀ ਸੀ। ਜੇ ਆਪਣੇ ਕੌਮ ਅਤੇ ਆਪਣੇ ਸਿਰਾਂ ਨੂੰ ਬਚਾਉਂਦੇ ਤਾਂ ਗੈਰਤ ਤੋਂ ਬਹੁਤ ਪਰੇ ਦੀ ਗੱਲ ਸੀ। ਅੱਜ ਅਸੀਂ ਆਪਣੀਆਂ ਜਾਨਾਂ ਦੇ ਕੇ ਹੋਰਨਾਂ ਦੀਆਂ ਜਾਨਾਂ ਬਚਾ ਦਿੱਤੀਆਂ ਹਨ। ਅਸੀਂ ਸਿੱਖੀ ਦੀ ਨੀਂਹ ਆਪਣੇ ਸਿਰਾਂ ਉੱਤੇ ਰਖਵਾ ਚੱਲੇ ਹਾਂ, ਗੁਰਿਆਈ ਦੀ ਕਹਾਣੀ ਦੁਨੀਆ ਵਿੱਚ ਪ੍ਰਸਿੱਧ ਕਰ ਚੱਲੇ ਹਾਂ ਅਤੇ ਸਿੰਘਾਂ ਦੀ ਰਿਆਸਤ ਦਾ ਬੂਟਾ ਉਗਾ ਚੱਲੇ ਹਾਂ। ਹੁਣ ਗੁਰਗੱਦੀ ਤੋਂ ਕੌਮ ਤਖ਼ਤ ਸੰਭਾਲੇਗੀ ਅਤੇ ਦੁਨੀਆ ਵਿੱਚੋਂ ਜ਼ਾਲਮ ਦਾ ਨਾਸ਼ ਨਾਮ ਨਿਸ਼ਾਨ ਖਤਮ ਕਰੇਗੀ। ਇੱਟਾਂ ਠੋਡੀ ਤੱਕ ਕੰਧ ਵਿੱਚ ਲੱਗ ਗਈਆਂ ਅਤੇ ਹੁਣ ਕੰਧ ਮੂੰਹ ਤੱਕ ਆ ਗਈ ਸੀ, ਫਿਰ ਨੱਕ ਤੱਕ ਹੁੰਦੀ ਅੱਖਾਂ ਤੱਕ ਪੁੱਜ ਗਈ। ਉਹਨਾਂ ਦੇ ਚੰਦ ਵਰਗੇ ਮੱਥਿਆਂ ਉੱਤੇ ਇੱਦਾਂ ਲੱਗਣ ਲੱਗ ਪਿਆ ਜਿਵੇਂ ਚੰਦ ਨੂੰ ਗ੍ਰਹਿਣ ਲੱਗ ਗਿਆ ਹੋਵੇ। ਇਸ ਤਰ੍ਹਾਂ ਗੁਰੂ ਮਹਾਰਾਜ ਦੇ ਦੋਵੇਂ ਬੇਟੇ ਕੰਧ ਵਿੱਚ ਛੁਪ ਗਏ। ਅੱਲਾ ਯਾਰ ਖਾਨ ਜੋਗੀ ਦਾ ਕਹਿਣਾ ਹੈ, ਇਸ ਪਿੱਛੋਂ ਥੋੜ੍ਹਾ ਹੀ ਸਮਾਂ ਬੀਤਿਆ ਸੀ ਕਿ ਸਾਰਾ ਸ਼ਹਿਰ ਸਰਹੰਦ ਇੱਟਾਂ ਦਾ ਢੇਰ ਬਣ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।